ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿੱਦਾਂ ਆਪ ਜੀ ਨੂੰ ਪਤਾ ਕਿ ਕੁਝ ਕੁ ਸਮੇਂ ਮਗਰੋਂ ਅਸੀਂ ਸਾਂਝੇ ਵਿਰਾਸਤ ਵਿੱਚ ਕੁਝ ਅਜਿਹੀਆਂ ਕਿਤਾਬਾਂ ਲੈ ਕੇ ਆਉਂਦੇ ਹਾਂ ਜਿਹੜੀਆਂ ਸਾਡੇ ਜੀਵਨ ਨੂੰ ਬਦਲਣ ਦੀਆਂ ਸਮਰੱਥਾ ਰੱਖਦੀਆਂ। ਇਸ ਐਡੀਸ਼ਨ ਦੇ ਵਿੱਚ, ਸਾਂਝੇ ਵਿਰਾਸਤ ਵਿੱਚ, ਅਸੀਂ ਆਪ ਜੀ ਦੇ ਹਜ਼ੂਰ ਪ੍ਰੋਫੈਸਰ ਪੂਰਨ ਸਿੰਘ ਦੀ ਇੱਕ ਲਿਖਣੀ ਲੈ ਕੇ ਆਏ ਹਾਂ। ਪ੍ਰੋਫੈਸਰ ਪੂਰਨ ਸਿੰਘ ਪੰਥ ਦੇ ਇੱਕ ਮਹਾਨ ਵਿਦਵਾਨ ਹੋਏ। ਇਹਨਾਂ ਨੂੰ ਸਾਇੰਟਿਸਟ ਕਹੀਏ, ਪੋਇਟ ਕਹੀਏ ਜਾਂ ਰਾਈਟਰ ਕਹੀਏ, ਜਿਨ੍ਹਾਂ ਨੇ ਨਾ ਕੇਵਲ ਪੰਜਾਬੀ ਦੇ ਵਿੱਚ ਪਰ ਅੰਗਰੇਜ਼ੀ ਦੇ ਵਿੱਚ ਬਾ ਕਮਾਲ ਰਚਨਾਵਾਂ ਲਿਖੀਆਂ। ਪ੍ਰੋਫੈਸਰ ਪੂਰਨ ਸਿੰਘ ਦੀ ਲੇਖਣੀ ਨੂੰ ਪੜ੍ਹ ਕੇ ਅਸੀਂ ਉਹਨਾਂ ਨੂੰ ਕੁਦਰਤ ਕਵੀ ਕਹੀਏ ਜਾਂ ਪ੍ਰੋਫੈਸਰ ਪੂਰਨ ਸਿੰਘ ਨੂੰ ਅਧਿਆਤਮ ਦਾ ਕਵੀ ਕਹੀਏ, ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਤੁਹਾਨੂੰ ਅਧਿਆਤਮਵਾਦੀ ਸ਼ੋਅ ਭਰਪੂਰ ਮਿਲੇਗੀ। ਅ ਪੋਇਟ ਦੈਟ ਕਨੈਕਟਸ ਟੂ ਯੋਰ ਸੋਲ, ਐਂਡ ਦੈਟ ਇਜ਼ ਦ ਬੈਸਟ ਥਿੰਗ ਅਬਾਊਟ ਪ੍ਰੋਫੈਸਰ ਪੂਰਨ ਸਿੰਘ। ਇਹਨਾਂ ਦਾ ਆਪਣਾ ਜੀਵਨ ਇੰਨਾ ਇੰਸਪੀਰੇਸ਼ਨਲ ਹੈ ਕਿ ਜੇ ਕੋਈ ਇਹਨਾਂ ਦੇ ਜੀਵਨ ਨੂੰ ਝਾਤ ਮਾਰ ਲਵੇ ਤਾਂ ਉਹਦੇ ਅੰਦਰ ਸਿੱਖੀ ਦ੍ਰਿੜ ਹੋਣੀ ਲਾਜ਼ਮੀ ਆ। ਭਾਈ ਵੀਰ ਸਿੰਘ ਦੀ ਬਖਸ਼ਿਸ਼ ਪ੍ਰਾਪਤ ਇਹਨਾਂ ਨੂੰ ਹੋਈ ਅਤੇ ਇਹਨਾਂ ਨੇ ਜੀਵਨ ਨੇ ਮੋੜਾ ਪਾਇਆ, ਅਤੇ ਕਿੱਦਾਂ ਇਹਨਾਂ ਨੇ ਦਰਜਨੋ ਕਿਤਾਬਾਂ ਲਿਖੀਆਂ ਨੇ, ਅਤੇ ਉਹ ਕਿਤਾਬਾਂ ਦੇ ਵਿੱਚ ਜੋ ਰਸ ਇਹਨਾਂ ਨੇ ਆਪ ਮਹਿਸੂਸ ਕੀਤਾ, ਉਹੀ ਰਸ ਨੂੰ ਇਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਪਾਇਆ। ਉਹੀ ਰਸ ਜਿਸ ਰਸ ਦੇ ਨਾਲ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਦੇਖਦੇ ਹੈ, ਮਾਣਦੇ ਹੈ, ਉਸ ਨੂੰ ਇੱਕ ਪੜ੍ਹਨ ਵਾਲਾ ਜਦੋਂ ਇਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਦਾ ਹੈ ਤਾਂ ਸਹਿਜੇ ਹੀ ਮਹਿਸੂਸ ਕਰ ਸਕਦਾ ਅਤੇ ਉਹਦੇ ਹਿਰਦੇ ਵਿੱਚ ਪ੍ਰੇਮ ਭਾਵ ਭਰਨਾ ਲਾਜ਼ਮੀ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਇਹ ਰਚਨਾ ਅੱਜ ਜਿਹੜੀ ਅਸੀਂ ਆਪ ਜੀ ਦੇ ਸਨਮੁੱਖ ਲੈ ਕੇ ਆਏ ਹਾਂ ਉਹਦਾ ਨਾਂ ਹੈ ਦ ਸਪਿਰਿਟ ਬੌਰਨ ਪੀਪਲ। ਪ੍ਰੋਫੈਸਰ ਪੂਰਨ ਸਿੰਘ ਇਸ ਕਿਤਾਬ ਦੇ ਪ੍ਰੀਫੇਸ ਦੇ ਵਿੱਚ ਆਪ ਲਿਖਦੇ ਹੈ, ਕਹਿੰਦੇ ਇਸ ਕਿਤਾਬ ਦੇ ਵਿੱਚ ਉਹ ਲੇਖ ਨੇ, ਉਹ ਲੈਕਚਰਸ ਨੇ ਜਿਹੜਾ ਮੈਂ ਚਾਹੁੰਦਾ ਸੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਸਾਂਝਾ ਕਰਾਂ, ਪਰ ਕਿਉਂਕਿ ਮੈਂ ਉਸ ਧਰਤੀ 'ਤੇ ਹਾਂ ਜਿੱਥੇ ਪੰਜਾਬ ਦਾ ਨੌਜਵਾਨ ਵੱਸਦਾ ਨਹੀਂ ਅਤੇ ਮੈਂ ਉਹਨਾਂ ਤੋਂ ਦੂਰ ਹਾਂ, ਇਸ ਕਰਕੇ ਮੈਂ ਇਹਨਾਂ ਲੈਕਚਰਸ ਨੂੰ ਸੰਗ੍ਰਹਿ ਕਰਕੇ ਇਹਨਾਂ ਨੂੰ ਕਿਤਾਬ ਦੀ ਸ਼ਕਲ ਵਿੱਚ ਆਪ ਜੀ ਦੇ ਸਨਮੁੱਖ ਪੇਟ ਕੀਤਾ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਇਸ ਕਿਤਾਬ ਨੂੰ ਜੋ ਵੀ ਕੋਈ ਪ੍ਰਾਣੀ ਪੜ੍ਹੇਗਾ ਉਹਦੇ ਹਿਰਦੇ ਵਿੱਚ ਸਿੱਖੀ ਨੂੰ ਦੇਖਣ ਅਤੇ ਸਮਝਣ ਦਾ ਨਜ਼ਰੀਆ ਤਬਦੀਲ ਹੋਣਾ ਲਾਜ਼ਮੀ ਹੈ। ਇੰਨੇ ਭਾਵਪੂਰਤ ਸ਼ਬਦਾਂ ਦੇ ਨਾਲ ਉਹਨਾਂ ਨੇ ਭਾਈ ਬੁੱਢਾ, ਜਿਨ੍ਹਾਂ ਨੂੰ ਅਸੀਂ ਬਾਬਾ ਬੁੱਢਾ ਕਹਿੰਦੇ ਹਾਂ, ਉਹਨਾਂ ਨੂੰ ਬ੍ਰਦਰ ਏਨਸ਼ੀਅੰਟ ਕਰਕੇ ਲਿਖਿਆ। ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ, ਉਹਨਾਂ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸਿੱਖੀ ਨੂੰ, ਉਹਨਾਂ ਨੇ ਭਗਤਾਂ ਨੂੰ ਕਿਸ ਰੂਪ ਵਿੱਚ ਡਿਫਾਈਨ ਕੀਤਾ, ਕਿਸ ਆਪਣੀ ਕਾਵ ਦੇ ਵਿੱਚ ਉਹਨਾਂ ਨੇ ਜਿਹੜੀ ਲੇਖਣੀ ਵੀ ਲਿਖੀ ਉਹਨੂੰ ਵੀ ਇਹਨੇ ਭਾਵਪੂਰਤ ਸ਼ਬਦਾਂ ਦੇ ਵਿੱਚ ਅੰਕਿਤ ਕੀਤਾ ਹੈ ਕਿ ਜਦੋਂ ਅਸੀਂ ਉਹਨਾਂ ਦੀ ਲੇਖਣੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਸਿੱਖੀ ਦਾ ਇੱਕ ਵੱਖਰਾ ਹੀ ਰੂਪ ਨਿਗੜ ਕੇ ਸਾਹਮਣੇ ਆਉਂਦਾ ਜਿਹੜੀ ਸਾਡੀ ਜਿੰਦ ਨੂੰ ਟੁੰਬ ਲੈਂਦਾ। ਸੋ ਪਿਆਰਿਓ, ਸਾਂਝੇ ਵਿਰਾਸਤ ਵਿੱਚ ਅਸੀਂ ਇਹ ਕਿਤਾਬ ਇਸ ਐਡੀਸ਼ਨ ਦੇ ਵਿੱਚ ਆਪ ਜੀ ਦੇ ਸਨਮੁੱਖ ਲੈ ਕੇ ਆਏ ਹਾਂ ਅਤੇ ਅਸੀਂ ਆਪ ਜੀ ਨੂੰ ਬੇਨਤੀ ਕਰਾਂਗੇ ਦੈਟ ਯੂ ਮਸਟ ਰੀਡ ਦਿਸ ਬੁੱਕ। ਸੋ ਜੇਕਰ ਆਪ ਜੀ ਕਿਤਾਬ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਕਿਤੋਂ ਵੀ ਇਹ ਕਿਤਾਬ ਲੈ ਸਕਦੇ ਹੋ। ਤੁਹਾਨੂੰ ਅੰਮ੍ਰਿਤਸਰ ਸਾਹਿਬ ਤੋਂ ਮਿਲ ਜਾਵੇਗੀ, ਦਿੱਲੀ ਤੋਂ ਮਿਲ ਜਾਵੇਗੀ, ਜਿੱਥੇ ਵੀ ਆਪ ਜੀ ਦੇ ਸੰਪਰਕ ਵਿੱਚ ਕੋਈ ਹੈ ਉੱਥੋਂ ਇਹ ਕਿਤਾਬ ਤੁਸੀਂ ਲੈ ਸਕਦੇ ਹੋ। ਅਤੇ ਨਾਲ ਹੀ ਅਸੀਂ ਆਪ ਜੀ ਨੂੰ ਇੱਕ ਡੇਟ ਦੱਸ ਦੇਵਾਂਗੇ, ਉਸ ਡੇਟ 'ਤੇ ਅਸੀਂ ਇੱਕ ਰੀਡਰ ਸਰਕਲ ਜਿੱਦਾਂ ਹਰ ਵਾਰ ਦੀ ਤਰ੍ਹਾਂ ਸ਼ੁਰੂ ਕਰਦੇ ਹਾਂ। ਇਸ ਕਿਤਾਬ ਨੂੰ ਵੀ ਅਸੀਂ ਰਲ ਮਿਲ ਕੇ ਪੜ੍ਹਾਂਗੇ ਤਾਂ ਕਿ ਇਸ ਕਿਤਾਬ ਦੇ ਵਿੱਚ ਜੋ ਤੱਤ ਲੁਕਿਆ ਹੋਇਆ ਉਸ ਤੱਤ ਨੂੰ ਅਸੀਂ ਆਪਣੇ ਜੀਵਨ 'ਚ ਲਾਗੂ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।